ਸਰਕਾਰੀ ਆਦੇਸ਼ਾਂ ਦੇ ਆਉਣੇ ਤੇ ਬਾਅਦ ਹੁਣ ਇੱਕ ਚਾਲਕ ਜਿਹੜਾ ਸੀ 28 ਦਿਨਾਂ ਤੇ ਆਪਣੀ ਜ਼ਿੰਦਗੀ ਬਸ ਸੱਚੀ ਗੁਜ਼ਾਰੇ ਦਾ ਬਸ ਸੱਚੀ ਆਪਣਾ ਘਰ ਬਣਾਇ ਲਿਆ ਕਰਫਿਊ ਤੇ ਲੋਕਡਾਊਨ ਦੇ ਚੱਲਦੇ ਬਸ 21 ਮਾਰਚ ਜੋ ਪੀਰਨ ਚ ਖੜੀ ਹੋ ਗਈ ਥੀ ਕੋਰੋਨਾ ਦੇ ਵਿੱਚ ਬਲੇ ਹੀ ਪ੍ਰਸ਼ਾਸਨ ਮੁਸਤੈਦੀ ਦੇ ਕਾਰਜ ਕਰੇ ਦਾ ਲੇਕਿਨ ਚਾਲਕ ਜੋ ਆਪਣੇ ਘਰਾਂ ਜੋ ਜਾਣ ਦੇ ਆਦੇਸ਼ ਅਜੇ ਤੱਕ ਨਹੀਂ ਮਿਲੇ ਸਰਕਾਰਾਂ ਆਪਣੇ ਆਦੇਸ਼ਾਂ ਦੇ ਇੰਤਜ਼ਾਰ ਚ ਤਾਂ ਆਪਣੇ ਫਰਮਾਨ ਸੁਣਾਇਤੇ ਲੇਕਿਨ ਰਾਜ ਸਰਕਾਰ ਅਜੇ ਤੱਕ ਕੋਈ ਐਸਾ ਕੰਮ ਨਹੀਂ ਕਰ ਸકી ਕਿ ਕਥੂਕ ਕੁਣ ਕਿੰਿਆ ਰੁਕਿਆ ਤਿਸ ਤਰ੍ਹਾਂ ਕਿਆ ਵਿਵਸਥਾ ਹੋਣੀ ਚਾਹੀਦੀ ਸਰਕਾਰੀ ਆਦੇਸ਼ਾਂ ਦੇ ਇੰਤਜ਼ਾਰ ਤੇ ਬਾਅਦ ਹੁਣ ਚਾਲਕ ਗੋਪਾਲ ਠਾਕੁਰ ਜਿਹੜਾ 28 ਦਿਨਾਂ ਤੇ ਪਿਰੰਚ ਆਪਣੀ ਬਸ ਜਿਹੜੀ ਦਿੱਤਖੜੋ ਤੇ ਸਹਿਿਤ ਚੌਕੇਦਾਰੀ ਕਰੇ ਦਾ ਇਤਨੀ ਪਰੇਸ਼ਾਨੀ ਸੁਣਨੇ ਬਾੜਾ ਕੋਈ ਨਹੀਂ ਹੈ ਮੰਡੀ ਦੇ ਜ਼ਿਲ੍ਹੇ ਕਲੋਰ ਹਰ ਦੇ ਜਿਹੜਾ ਪਿੰਡ ਹੈ ਉਸ ਚ ਰਹਿਣ ਵਾਲਾ ਗੋਪਾਲ ਕਰੋਨਾ ਦੇ ਇਸ ਸੰਕਟ ਦੇ ਕਾਰਨ ਆਪਣੇ ਪਰਿਵਾਰ ਦੇ ਮਿਲਣੇ ਜੋ ਵੀ ਤਰਸੀਆ ਗੋਪਾਲ ਦਾ ਬੋਲਣਾ ਹੈ ਕਿ ਲੋਕਡਾਊਨ ਦੇ ਆਦੇਸ਼ਾਂ ਤੇ ਬਾਅਦ 21 ਮਾਰਚ ਜੋ ਸੈਪੇਰਨ ਚ ਆਪਣੇ ਬਸ ਚ ਰਹਿਦਾ ਤੇ ਤਿੱਥੂ ਹੀ ਆਪਣੀ ਜ਼ਿੰਦਗੀ ਗੁਜ਼ਾਰੇ ਦਾ 3 ਮਈ ਜੋ ਹੁਣ ਕੱਟ ਦਿਨ ਰਹੀ ਹੈ ਤੇ ਉਸ ਤੋਂ ਬਾਅਦ ਹੀ ਤਿਸ ਜੋ ਆਪਣੇ ਪਰਿਵਾਰ ਨਾਲ ਮਿਲਣ ਦੀ ਕੋਈ ਉਮੀਦ ਹੈ ਨਿਗਮ ਦੇ ਅਧਿਕਾਰੀਆਂ ਨੇ ਲੋਕਡਾਊਨ ਦੀ ਅਦिसूਚਨਾ ਤੇ ਬਾਦ ਦੂਰਦਰਾਜ ਪਹਾੜਿਕ ਖੇਤਰਾਂ ਵਿੱਚ ਫਸੀਆਂ ਬਸਾਂ ਜੋ ਵਾਪਸ ਮੁਖਲਾਲੇ ਜਿਹੜਾ ਸ ਹੈ ਨਹੀਂ ਸੱਧਿਆ ਇਸ ਕਾਰਨ ਗੋਪਾਲ ਵੀ ਇਨਾ ਜਿਹੜਾ ਸ ਹੈ ਐਚ ਆਰਟੀਸੀ ਦਾ ਇਹ ਡਰਾਈਵਰ ਹੈ ਜਿਹੜਾ ਇਥੋਂ ਫਸਿਆ ਹੋਇਆ ਤੇ ਘਰਾਂ ਤੇ ਬੜੀ ਦੂਰ ਹੈ ਲੇਕਿਨ ਇਹੋ ਜੇ ਹੋਰ ਵੀ ਡਰਾਈਵਰ ਹੋਣੇ ਦੀ ਸੰਭਾਵਨਾ ਜਿਹੜੀ ਹੈ ਸਜਾਈ ਜਾਦੀ ਗੋਪਾਲ ਨੇ ਇਹ ਵੀ ਦੱਸਿਆ ਕਿ ਕੋਵਿਡ-19 ਦੀ ਸਜ਼ਾ ਉਹਨਾਂ ਜੋ ਬੇਬਜਾ ਮਿਲੇ ਦੀ ਉਹਨਾਂ પાસે ਨਾ ਕੱਪੜੇ ਬਦਲਣੇ ਜੋ ਨਾ ਖਾਣੇ ਜੋ ਤੇ ਨਰਹਿਣੇ ਜੋ ਕੋਈ ਜਗ ਡਰਾਈਵਰ ਗੋਪਾਲ ਨੇ ਇਹ ਵੀ ਦੱਸਿਆ ਕਿ ਜਿਹੜੇ ਰੋਜ਼ਮਰਰਾ ਦੇ ਖਰਚੇ ਨੇ ਉਹਦੇ ਲਈ ਵੀ ਹੁਣ ਜੇਬਾ 'ਚ ਪੈਸੇ ਨਹੀਂ ਹਨ। ਗ੍ਰਾਂ ਦੇ ਏਟੀਐਮ ਦੇ ਵਿੱਚ ਵੀ ਸੁਵਿਧਾ ਨਹੀਂ ਹੈ, ਨਾ ਹੀ ਇੱਥੇ ਕੋਈ ਏਟੀਐਮ ਹੈ। ਗੋਪਾਲ ਦਾ ਇਹ ਵੀ ਦੱਸਣਾ ਹੈ ਕਿ ਸਾਰੇ ਵਿਭਾਗਾ ਦੇ ਕਰਮਚਾਰੀ ਇਸ ਵਕਤ ਸੰਕਟ ਦੇ ਦੌਰਾਂ ਚੀਂ ਤੇ ਆਪਣੇ ਪਰਿਵਾਰ ਜੋ ਮਿਲਣੇ ਤਾਂ ਤਰਸੀ ਹੈ ਤੇ ਹੁਣ ਇੰਤਜ਼ਾਰ ਹੈ ਕਿ 3 ਮਈ ਜੋ ਕਿਆ ਹੁਣ ਲੋਕਡਾਊਨ ਜਾਂ ਕਰਫਿਊ ਖੁੱਲਦਾ ਜਾਂ 3 ਮਈ ਦੀ 3 ਮਈ ਹੋ ਜਾਂਦੀ ਹੈ ਇਹੋ ਜੀ ਸੰਭਾਵਨਾ ਵੀ ਲੋਕਾਂ ਵੱਲੋਂ ਜਿਹੜੀਆਂ ਨੇ ਸਹਿ ਜਤਾਈਆਂ ਜਾਂਦੀਆਂ ਐ ਆਰਟੀਸੀ ਦੇ ਕਿ ਜੇ ਤਰੀ ਪ੍ਰਬੰਧਨ ਦੇਵ ਸਿੰਘ ਨੇਗੀਰ ਨੇ ਗੱਲ ਕੀਤੀ ਤਾਂ ਤੈਨਾਂ ਦੱਸਿਆ ਕਿ ਗ੍ਰਾਮੀਣ ਰੂਟਾਂ 'ਚ ਫਸੇ ਚਾਲਕਾਂ ਜੋ ਵਾਪਸ ਲਾਣੇ ਲਈ ਸਰਕਾਰ ਅਜੇ ਕੋਈ ਦੇ ਸਾ ਨਿਰਦੇਸ਼ ਜਿਹੜੇ ਨੇ ਸਹਿ ਨਹੀਂ ਮਿਲੇ ਕਰਮਚਾਰੀਆਂ ਜੋ ਕਿਸੇ ਚੀਜ਼ ਦੀ ਕੋਈ ਦਿੱਕਤ ਨਾ ਹੋ ਇਸ ਲਈ ਉਹਨਾਂ ਨੇ ਸੰਬੰਧਿਤ ਖੇਤਰਾਂ ਦੇ ਪੰਚਾਇਤ ਪ੍ਰਧਾਨਾਂ ਨਾਲ ਗੱਲ ਕੀਤੀ ਹੈ ਤੇ ਹੁਣ ਪੰਚਾਇਤ ਪ੍ਰਧਾਨ ਜਿਹੜੇ ਨੇ ਸਹਿ ਉਹਨਾਂ ਦੇ ਰਹਿਣੇ ਖਾਣੇ ਦੀ ਵਿਵਸਥਾ ਜਿਹੜੇ ਸਹਿ ਕਰੇ ਦੇ ਤਾਂ ਕਿ ਐਚ ਆਰਟੀਸੀ ਦੇ ਕਿਸੇ ਵੀ ਕਰਮਚਾਰੀ ਆ ਕਿਸੇ ਵੀ ਡਰਾਈਵਰ ਜੋ ਕੋਈ ਪਰੇਸ਼ਾਨੀ ਨਾ ਹੋਵੇ ਬਲਹਾਲ ਇਹ ਦਿਖਣਾ ਕਿ ਹੁਣ ਜਿਹੜੀ ਲੋਕਡਾਊਨ ਦੀ ਅਵਧੀ ਹੈ 3 ਮਈ ਤੱਕ ਰਹਿੰਦੀ ਹੈ ਇਹ ਬਧੀ ਆਂਦੀ ਹੈ ਲੇਕਿਨ ਇਸ ਤਰ੍ਹਾਂ ਤੇ ਜਿਹੜੇ 28 ਦਿਨਾਂ ਤੱਕ ਘਰ ਤੇ ਬਾਹਰ ਰਹਦੇ ਤੇ ਰੋਜ਼ ਖਾਦੇ ਪੀਦੇ ਆਪਣੇ ਪੈਸਿਆਂ ਤੇ ਤਿਨਾ ਤਾਂ ਵੀ ਸਰਕਾਰ ਆ ਜੋ ਕੁਝ ਹੈਲਪਲਾਈਨ ਨੰਬਰ ਜਿਹੜਾ ਸੈ ਜਾਰੀ ਕਰਨਾ ਚਾਹੀਦਾ ਤਾਂ ਕਿ ਤਿਨਾ ਜੋ ਇਸ ਗ੍ਰਾਂ ਦਾ ਪ੍ਰਦਾਨ ਜਿਹੜਾ ਸੈ ਕੋਈ ਆਰਥਿਕ ਤੇ ਰਹਿਣ ਦੀ ਵਿਵਸਥਾ ਦੀ ਮਦਦ ਕਰੀ ਸਕੇ